ਦੇਖੋ ਤੁਸੀਂ ਤਾਂ ਮੇਰੇ ਤੋਂ ਵੱਧ ਲੁਧਿਆਣੇ ਨੂੰ ਜਾਣਦੇ ਮੈਂ ਹਰ ਬੂਥ ਤੇ ਜਾ ਰਿਹਾ ਤੇ ਇੰਨਾ ਉਤਸ਼ਾਹ ਲੋਕਾਂ ਚ ਤੁਸੀਂ ਸਿਰਫ ਬੂਥ ਹੀ ਦਿਖਾ ਦਿਓ ਆ ਕੈਮਰੇ ਘਮਾ ਲਓ ਇੱਕ ਮਿੰਟ ਕੈਮਰਾ ਉਹ ਅਕਾਲੀ ਦਲ ਤੇ ਬੀਜੇਪੀ ਦਾ ਸ਼ਾਰਟਸ ਕਰ ਲਈ ਤੁਸੀਂ ਦਿਖਾਓ ਨਾ ਦਿਖਾਓ ਮੇਰੇ ਮੂਹਰੇ ਦਿਖਾਓ ਨਾ ਖੁੱਲ ਉਹ ਦੇਖੋ ਅਕਾਲੀ ਦਲ ਤੇ ਬੀਜੇਪੀ ਦਾ ਆ ਗੋਗੀ ਦਾ ਕਿੰਨਾ ਝਾੜੂ ਆ ਝਾੜੂ ਫਿਰ ਗਿਆ ਤੇ ਆ ਕਾਂਗਰਸ ਪਾਰਟੀ ਦੇ ਦੇਖੋ ਸਫਾਈ ਕਿਵੇਂ ਬੈਠੀ ਜੀ ਇਹ ਵਰਕਰ ਨੇ ਕਿ ਵੋਟਰ ਨੇ ਨਹੀਂ ਨਹੀਂ ਵੋਟਰ ਨਹੀਂ ਵਰਕਰ ਤੇ ਵੋਟਰ ਚ ਕੀ ਫਰਕ ਹੁੰਦਾ ਪੂਰੇ ਵਾਲੇ ਆ ਇਹ ਲੁਧਿਆਣੇ ਵਾਲੇ ਆ ਇਹ ਕਹਿ ਸਕਦੇ ਹੋ ਤੁਸੀਂ ਵੀ ਉਹਨਾਂ ਦੇ ਜੋ ਕਿਰਾਏ ਤੇ ਬੈਠੇ ਆ ਸਾਡੇ ਤਾਂ ਆ ਨੌਜਵਾਨ ਦੇਖੋ ਕਿਸ ਤਰੀਕੇ ਨਾਲ ਨਵੀਂ ਪੀੜ੍ਹੀ ਆ ਜਿਹੜੀ ਉਹ ਬੈਠੀ ਯਾਰ ਅੱਜ ਦੇ ਏਰੀਏ ਚ ਲੋਕ ਉਹਨਾਂ ਨੂੰ ਪਿਆਰ ਦਿੰਦੇ ਆ ਲੋਕ ਉਹਨਾਂ ਦਾ ਡਿਵੈਲਪਮੈਂਟ ਦਾ ਮਾਡਲ ਪਸੰਦ ਕਰਦੇ ਆ ਤੇ ਤੁਸੀਂ ਦੇਖੋ ਹਾਈਐਸਟ ਜਿੱਤੇ ਸੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਤੇ ਭਾਰਤ ਭੂਸ਼ਣ ਆ ਤਿੰਨ ਤਾਂ ਹਾਈਐਸਟ ਲੋਕ ਜਿਹੜੇ ਸੀ 38,000 ਦੀ ਲੀਡ ਸੀ ਇਸ ਵਾਰ 45,000 ਦੀ ਲੀਡ ਹੋਏਗੀ ਜਿਵੇਂ ਅਡੇਰੇ ਸਮਰਥਨ ਦੀ ਗੱਲ ਕੀਤੀ ਹੈ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਮੈਂ ਇੱਧਰ ਸਾਡੇ ਕੋਈ ਐਸੀ ਗੱਲ ਮੈਨੂੰ ਨਹੀਂ ਪਤਾ ਅਡੇਰੇ ਦੇ ਬਾਰੇ ਲੁਧਿਆਣੇ ਚ ਤੁਹਾਨੂੰ ਪਤਾ ਕੋਈ ਪੂਰੇ ਪੋਲਿਟਿਕਸ ਐਸੀ ਹੈ ਨਹੀਂ ਕਿ ਹਾਂ ਮੈਂ ਅੰਦਰੋਂ ਜਿਹਨੂੰ ਮੰਨਦਾ ਮੈਂ ਮੰਨਦਾ ਇਹ ਵੀ ਬਹੁਤ ਲੋਕ ਨੇ ਜਿਹੜੇ ਡੇਰਾ ਵਿਆਸ ਨੂੰ ਮੰਨਦੇ ਆ ਲੱਖਾਂ ਦੀ ਤਦਾਦ ਚ ਨੇ ਲੋਕ ਸਾਡੇ ਤੇ ਪਰ ਕੋਈ ਇਹੋ ਜਿਹੀ ਉਰੇ ਗੱਲ ਵੰਡਣ ਵਾਲੀ ਗੱਲ ਨਹੀਂ ਕਿਸੇ ਨੂੰ ਸਭ ਇਕੱਠੇ ਹੋ ਕੇ ਤੇ ਇੱਕ ਦੂਜੇ ਦੀ ਮਦਦ ਕਰਦੇ ਆ ਇਹ ਖਬਰਾਂ ਖੂਨਾਂ ਚੱਲਦੀਆਂ ਰਹਿੰਦੀਆਂ ਇਹ ਵੀ ਆ ਹੋ ਗਿਆ ਜੀ ਕੋਈ ਪੋਲੀਟੀਕਲ ਪਾਰਟੀ ਆ ਇਹਨੂੰ ਕਰ ਗਈ ਜੀ ਕੋਈ ਇਹਨੂੰ ਕਰ ਗਈ ਇਹ ਡੇਰੇ ਇਸ ਕੰਮਾਂ ਚ ਨਾ ਇਨਵੋਲਵ ਹੁੰਦੇ ਆ ਬੜੇ ਲੋਕਾਂ ਦੇ ਉਹ ਨਾਲ ਜੁੜੇ ਹੋਏ ਤੇ ਨੇ ਸੰਤ ਮਹਾਪੁਰਸ਼ ਨੇ ਉਹਨਾਂ ਨੂੰ ਮੈਂ ਸਮਝਦਾ ਇਲੈਕਸ਼ਨਾਂ ਦੀ ਜਾਂ ਤੋਂ ਸਾਨੂੰ ਪਰੇ ਰੱਖਣਾ ਚਾਹੁੰਦੇ ਵਿਰੋਧੀ ਕਹਿ ਰਹੇ ਨੇ ਕਾਂਗਰਸ ਪਾਰਟੀ ਸਮੇਂ ਸਿਰ ਮੈਨੀਫੈਸਟੋ ਨਹੀਂ ਬਣਾ ਸਕੀ ਤੇ ਐਂਡ ਮੌਕੇ ਤੇ ਜਾ ਕੇ ਸਿਰਫ ਇੱਕ ਪੇਜ ਹੀ ਤਿਆਰ ਕਰਕੇ ਪੇਸ਼ ਕਰਤਾ ਮੀਡੀਆ ਸਾਹਮਣੇ ਚਲੋ ਅੱਜ ਲੱਗ ਜੂਗਾ ਪਤਾ ਅੱਜ ਵੋਟਾਂ ਪੈ ਜਾਣਗੀਆਂ ਐਮਪੀ ਸਾਹਿਬ ਅਕਾਲੀ ਕੋਈ ਨਹੀਂ ਐਮਪੀ ਸਾਹਿਬ ਅਕਾਲੀ ਦਲ ਕਹਿੰਦਾ ਫੁੱਲ ਫਲੈਸ਼ 'ਚ 65 ਸੀਟਾਂ ਸਾਨੂੰ ਆ ਰਹੀਆਂ ਨੇ ਕੌਣ ਅਕਾਲੀ ਦਲ ਸਰਵੇ ਕਹਿੰਦੇ ਕਰਾਏ ਆ ਆਰਾਮ ਆ ਵੀ ਕਿੰਨੀਆਂ ਕੌਣਗੀਆਂ ਅਸੀਂ ਕਹਿੰਦੇ 70 ਸਾਨੂੰ ਆਉਣੀਆਂ ਤੇ 100 ਪਿਛਲੀ ਵਾਰ ਆਮ ਆਦਮੀ ਦੀਆਂ ਜਿਵੇਂ ਉਹ ਕਹਿੰਦੇ ਸੀ ਤੇ 65 ਇਹ ਕਹੀ ਜਾਂਦੇ ਇਹ ਕਿਹੜੇ ਜੋਸ਼ ਦੀ ਹਿਸਾਬ ਲਵਾਉਂਦੇ ਆ ਇਹਦਾ ਸੀਟਾਂ ਹੀ 300-400 ਹੋ ਜਾਣੀਆਂ ਫਿਰ ਪਰ ਮੈਂ ਤੁਹਾਨੂੰ ਇੰਨਾ ਦੱਸ ਦਿੰਦਾ ਪਿਛਲੀ ਵਾਰ ਵੀ ਐਂ ਕਹਿੰਦੇ ਸੀ ਕਲੀਅਰ ਮੈਂਡੇਟ ਕਾਂਗਰਸ ਪਾਰਟੀ ਨੂੰ ਲੋਕ ਦਿੱਤਾ ਸੀ ਲੋਕ ਚਾਹੁੰਦੇ ਅਮਨ ਸ਼ਾਂਤੀ ਲੋਕ ਚਾਹੁੰਦੇ ਆ ਭਾਈਚਾਰਕ ਸਾਂਝ ਉਹ ਇਹ ਬਾਰਡਰ ਸਟੇਟ ਆ ਬੜੀ ਸੈਂਸਿਟਿਵ ਸਟੇਟ ਆ ਇਹਦੇ ਵਿੱਚ ਕੋਈ ਪ੍ਰੈਕਟੀਕਲ ਨਹੀਂ ਕਰ ਸਕਦੇ ਇਹ 'ਚ ਕੋਈ ਨਵਾਂ ਐਕਸਪੀਰੀਅੰਸ ਨਹੀਂ ਕਰ ਸਕਦੇ ਨਾਲ ਮੁਲਕ ਦੇ ਗਵਾਂਢੀ ਦੇਸ਼ ਬੈਠਾ ਅੱਗ ਲਾਉਣ ਨੂੰ ਪੰਜਾਬ ਇਸ ਕਰਕੇ ਜਿਹੜੇ ਤਜਰਬੇਕਾਰ ਲੀਡਰ ਨੇ ਉਹੀ ਇਹਨੂੰ ਸਮਝ ਸਕਦੇ ਆ ਨਵੇਂ ਬੰਦੇ ਨਹੀਂ ਸਮਝ ਸਕਦੇ ਭਗਵੰਤ ਮਾਨ ਵਰਗੇ ਮੇਰੇ ਨਾਲ ਐਮਪੀ ਨੇ ਮੈਨੂੰ ਪਤਾ ਉਹਨਾਂ ਦੀ ਕਾਬਲੀਅਤ ਕੀ ਆ ਮੈਂ ਚਲੋ ਗੱਲ ਨਹੀਂ ਕਰਨਾ ਚਾਹੁੰਦਾ ਮੇਰੇ ਦੋਸਤ ਨੇ ਪਰ ਉਹ ਵਿਚਾਰੇ ਇੱਕ ਐਮਪੀ ਦਾ ਉਹਦਾ ਸਾਹਮਣਾ ਔਖਾ ਹੋ ਜਾਂਦਾ ਜਿਹਦੇ ਲਈ ਤੇ ਉਹ ਤੁਸੀਂ ਕੀ ਸੋਚਦੇ ਹੋ ਵੀ ਇਹ ਲੋਕ ਸਰਕਾਰਾਂ ਚਲਾ ਲੈਣਗੇ ਕੇਜਰੀਵਾਲ ਆ ਕੇ ਉਹਨੇ 3 ਵਾਰ ਮੁੱਖ ਮੰਤਰੀ ਬਣਿਆ ਉਹ ਉਰੇ ਬੈਠਾ ਹੈ ਤਾਂ ਮਾੜਾ ਮੋਟਾ ਜਿਹੜਾ ਮੀਡੀਆ ਨੂੰ ਉਹਨਾਂ ਨੇ 550 ਕਰੋੜ ਰੁਪਇਆ ਖਰਚ ਕੀਤਾ ਹੋਰ ਜਿਹੜੇ ਬੈਨਰ ਬੋਰਡ ਨੇ ਸਾਰੇ ਉਹ ਬਣ ਕੇ ਆਏ ਆ ਕੈਂਡੀਡੇਟਾਂ ਨੂੰ ਕੁਲਵੰਤ ਸਿੰਘ ਵਰਗੇ ਜਿਹੜੇ ਮੋਹਾਲੀ ਦੇ ਸਭ ਤੋਂ ਜਿਹੜਾ ਬਾਦਲਾਂ ਤੋਂ ਵੀ ਅਮੀਰ ਕੈਂਡੀਡੇਟ ਆ ਉਹਨੂੰ ਤਾਂ ਪੈਸੇ ਲੈ ਕੇ ਆ ਝੰਡੀਆਂ ਲੱਗੀਆਂ ਹੋਈਆਂ ਬੈਨਰ ਲੱਗੇ ਹੋਏ ਆ ਤੇ ਆ ਖਤਮ ਹੋ ਜਾਣਗੇ ਪਰ ਇਹ ਇੱਕ ਗੱਲ ਮੇਰੀ ਸੁਣ ਲਓ ਇਹੋ ਜਿਹਾ ਇਹ ਟੋਪੀ ਖਤਰਨਾਕ ਆ ਟੋਪੀ ਹੁੰਦੀ ਸੀ ਨਹਿਰੂ ਜੀ ਵਾਲੀ ਪੱਗ ਸਾਡੀਆਂ ਸਾਡੇ ਉਰੇ ਦੇ ਇਹ ਜਿਹੜੀ ਟੋਪੀ ਆ ਇੱਕ ਟੋਪੀ ਕਿਤੇ ਡਿੱਗ ਜੇ ਨਾ ਸਾਰਾ ਸ਼ਹਿਰ ਦਾ ਸੀਵਰੇਜ ਜਾਮ ਕਰ ਦਿੰਦੀ ਆ ਇਹੋ ਜਿਹੀ ਪਲਾਸਟਿਕ ਦੀ ਬਣੀ ਹੋਈ ਆ ਇੱਕ ਟੋਪੀ ਤੇ ਜੇ ਕਿਤੇ ਇਹ ਆ ਗਏ ਸਾਰਾ ਸ਼ਹਿਰ ਕੀ ਸਾਰਾ ਪੰਜਾਬ ਸੀਜ ਹੋ ਜਾਏਗਾ ਚੋਕ ਹੋ ਜਾਏਗਾ ਇਹ ਟੋਪੀ ਇਹੋ ਜਿਹੀ ਜਿਹੜੀ ਆ ਇਨਵਾਇਰਮੈਂਟ ਖਰਾਬ ਕਰਨ ਵਾਲੀ ਆ ਇਹ 'ਚੋਂ ਬਚੋ ਮੈਂ ਦੇਖੀਆਂ ਰੋਜ਼ ਕਹਿਤਾਂ ਆ ਰਹੀਆਂ ਕਹਿੰਦੇ ਜੀ ਸਾਡਾ ਸੀਵਰੇਜ ਸਾਡਾ ਉਹ ਪਤਾ ਕੀਤਾ ਵੀ ਹਰ ਜਗ੍ਹਾ ਜਿਹੜੀ ਟੋਪੀ ਉੜ ਕੇ ਜਾ ਕੇ ਸੀਵਰੇਜ 'ਚ ਫਸ ਗਈ ਐਸਾ ਮਟੀਰੀਅਲ ਆ ਵੀ ਸਾਰੇ ਲੁਧਿਆਣੇ ਦਾ ਸ਼ਹਿਰਾਂ ਦਾ ਇਹਨਾਂ ਨੇ ਬੰਦ ਕੀਤਾ ਪਿਆ ਸੀਵਰੇਜ ਜੇ ਟੋਪੀ ਨੂੰ ਥੋੜਾ ਮੋਟਾ ਮੂੰਹ ਲਾ ਲਿਆ ਇਹਦਾ ਪਤਾ ਨਹੀਂ ਕੀ ਕਰ ਦਿਆ ਕੀ ਕੁਝ ਬੰਦ ਕਰ ਐਮਪੀ ਸਾਹਿਬ ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਚਲੋ ਹੁਣ ਤਾਂ ਇਲੈਕਸ਼ਨ ਆ ਲੋਕਾਂ ਨੇ ਫੈਸਲਾ ਕਰ ਲਿਆ ਹੈ ਹੁਣ ਆਪਾਂ ਇਹ ਗੱਲ ਕਹੋ ਵੀ ਲੋਕੀ ਵੋਟਾਂ ਪਾਉਣ ਬਸ ਨਿਕਲ ਗਏ ਨਹੀਂ ਕੋਈ ਬਾਤ ਦੋਸ਼ਾ ਲੈ ਕੇ ਤੁਹਾਡਾ ਕੀ ਮੰਨਣਾ ਹੈ ਜਿਹੜੇ ਦੋਸ਼ ਲਾਏ ਨੇ ਮੈਂ ਕਿਸੇ ਬਾਰੇ ਕੁਝ ਕਹਿੰਦਾ ਬਿੱਟੂ ਜੀ ਭੋਲਾ ਜੀ ਕਹਿੰਦੇ ਨੇ ਕਿ ਬਿੱਟੂ ਜੀ ਦੇ ਨਾਲ ਸਾਡਾ ਰਾਬਤਾ ਹੀ ਨਹੀਂ ਰਿਹਾ ਉਹ ਫੋਨ ਹੀ ਨਹੀਂ ਚੱਕਦੇ ਇਸ ਕਰਕੇ ਪਾਰਟੀ ਚੇਂਜ ਕਰਨੀ ਪਈ ਠੀਕ ਹੈ ਮੁਬਾਰਕਬਾਦ